ਹਾਂ ਸਰ, ਮੈਂ ਦੂਜੇ ਦਿਨ ਜਦੋਂ ਗਿਆ ਤਾਂ ਮੈਂ ਬੱਚੇ ਨੂੰ ਕੱਢ ਸਕਦਾ ਸੀਗਾ, ਪਰ ਮੈਨੂੰ ਉਸ ਦਿਨ ਮੌਕਾ ਨਹੀਂ ਮਿਲਿਆ। ਮੈਨੂੰ ਮੌਕਾ ਸਿਰਫ ਇੱਕ ਲਾਸਟ ਦਿਨ ਮਿਲਿਆ, ਜਦੋਂ ਸਾਰਿਆਂ ਦੇ ਸਾਰੇ ਜੋ ਕੰਮ ਕਰਦੇ ਸੀ ਸਾਰਿਆਂ ਦਾ ਹੌਸਲਾ ਟੁੱਟ ਚੁੱਕਿਆ ਸੀਗਾ ਵੀ ਹੁਣ ਆਪਾਂ ਇੰਨੀ ਮਿਹਨਤ ਵੀ ਕੀਤੀ ਆ ਅਤੇ ਫਤਿਹ ਵੀਰ ਨੂੰ ਇੱਕ 130 ਫੁੱਟ ਟੋਆ ਤਾਂ ਲੈ ਗਏ, ਪਰ ਆਪਾਂ ਇੱਕ 4 ਫੁੱਟ ਦੇ ਡਿਫੈਂਸ ਨਾਲ ਆਪਾਂ ਬੱਚੇ ਨੂੰ ਨਹੀਂ ਲੱਭ ਪਾ ਰਹੇ, ਤਾਂ ਇੱਕ ਬੜੀ ਉੱਥੇ ਕਨਫਿਊਜ਼ਨ ਹੋ ਰਹੀ ਸੀ ਵੀ ਹੁਣ ਆਪਾਂ ਕੀ ਕਰੀਏ। ਤਾਂ ਉੱਥੇ ਸਰ ਜਿੰਨੀ ਮਿਹਨਤ ਕਰਦੇ ਸੀ ਬਹੁਤ ਉਹਨਾਂ ਮਿਹਨਤ ਕੀਤੀ, ਆਪਣੀ ਗ੍ਰੀਨੈਸ ਟੀਮ 'ਤੇ ਜਾਂ ਹੋਰ ਆਪਣੇ ਲੱਗੇ ਹੋਏ ਸੀਗੇ ਮੁੰਡੇ ਲੱਗੇ ਹੋਏ ਸੀਗੇ ਲੋਕਲ ਉੱਥੋਂ, ਤਾਂ ਦੂਰੋਂ ਵੀ ਕਈ ਮੁੰਡੇ ਆਏ ਹੋਏ ਸੀਗੇ ਜਿਨ੍ਹਾਂ ਨੇ ਦਿਨ ਰਾਤ ਕੰਮ ਕੀਤਾ, ਜਿਨ੍ਹਾਂ ਰੋਟੀ ਪਾਣੀ ਨਹੀਂ ਖਾਧਾ। ਕਿਹੜੇ ਤਰੀਕੇ ਨਾਲ ਕੰਮ ਕੀਤਾ, ਕਿਹੜਾ ਜੁਗਾੜ ਟੁੱਟ ਲਿਆ ਬੱਚੇ ਨੂੰ ਬਾਹਰ ਕੱਢ ਲਿਆ ਆਸਾਨੀ ਨਾਲ? ਸਰ ਉਹ ਮੈਂ ਦੇਸੀ ਜੁਗਾੜ ਹੀ ਬਣਾਇਆ ਸੀਗਾ ਇੱਕ ਆਪਣਾ ਇਸ ਟਾਈਪ ਵੀ ਜੋ ਬੱਚੇ ਨੂੰ ਇੰਜਰ ਨਾ ਕਰੇ, ਸਿਰਫ ਇੱਕ ਬੋਰੀ ਨੂੰ ਬਾਹਰ ਕੱਢਿਆ ਜਾਵੇ ਤਾਂ ਉਹ ਬੋਰੀ ਬਾਹਰ ਹੋ ਗਈ, ਬੱਚਾ ਫ੍ਰੀ ਹੋ ਗਿਆ ਜੀ। ਕਿੰਨਾ ਟਾਈਮ ਲੱਗਿਆ ਸੀ ਪ੍ਰੋਸੈਸ ਨੂੰ? ਪੂਰੇ ਪ੍ਰੋਸੈਸ ਨੂੰ ਸਰ ਕਹਿਣ ਨੂੰ ਮੈਂ 15 ਮਿੰਟ ਕਹਿ ਰਿਹਾ, ਪਰ ਮੈਨੂੰ ਤਾਂ ਨਹੀਂ ਲੱਗਦਾ ਨਹੀਂ 15 ਮਿੰਟ ਤੋਂ ਵੀ ਘੱਟ ਟਾਈਮ ਲੱਗਿਆ ਹੋਊਗਾ। ਕੀ ਤੁਸੀਂ ਮੰਨਦੇ ਹੋ ਕਿ ਅਗਰ ਦੂਸਰੇ ਦਿਨ ਮੌਕਾ ਦਿੱਤਾ ਜਾਂਦਾ ਤਾਂ ਤਰੀਕਾ ਉਹੀ ਸੀ, ਪੈਪ ਹੋਈ? ਹਾਂ ਸਰ, ਮੈਂ ਪਹਿਲੇ ਦਿਨ ਤੋਂ ਤਰੀਕਾ ਇਹੀ ਵਰਤਿਆ ਬੈਠਾ ਸੀ, ਮੇਰੇ ਦਿਮਾਗ 'ਚ ਇਹੀ ਚੱਲ ਰਿਹਾ ਸੀਗਾ ਨਿਕਲ ਸਕਦਾ ਵੀ ਬੱਚਾ ਨਿਕਲ ਸਕਦਾ, ਕਿਉਂ ਸਰ ਜਿਹੜੀ ਚੀਜ਼ ਰਾਹੀਂ ਬੱਚਾ ਜਾ ਸਕਦਾ ਉਸੇ ਰਾਹੀਂ ਆ ਵੀ ਸਕਦਾ ਗਾ।